13 ਫਰਵਰੀ ਤੋਂ ਲੈ ਕੇ ਪੰਜਾਬ ਦੀ ਅਤੇ ਹਰਿਆਣਾ ਦੀ ਬਾਰਡਰ ਦੇ ਉੱਤੇ ਜਿਹੜਾ ਕੁਝ ਵਾਪਰ ਰਿਹਾ ਉਹਨੂੰ ਤੁਸੀਂ ਕਿਵੇਂ ਦੇਖੋ? ਜਿਹੜਾ ਸਾਡਾ ਬਣਦਾ ਹੈ ਉਹ ਸਾਨੂੰ ਦੇ ਦਿਓ, ਸਾਡਾ ਖੋਹੋ ਨਾ, ਇੰਨੀ ਲੜਾਈ ਹੈ ਨਾ। ਕੀ ਹੋਇਆ ਇਹੋ ਜਿਹਾ ਕਿ ਗੁਰਨਾਮ ਸਿੰਘ ਝੜੂਨੀ ਇਸ ਸਮੇਂ ਜਦੋਂ ਪੰਜਾਬ ਦੇ ਲੋਕ ਦੇਖ ਰਹੇ ਸੀ ਕਿ ਝੜੂਨੀ ਸਾਹਿਬ ਆਉਣਗੇ ਤਾਂ ਝੜੂਨੀ ਸਾਹਿਬ ਪੰਜਾਬ ਨਹੀਂ ਆਏ? ਨਹੀਂ, ਸਾਨੂੰ ਬੁਲਾਇਆ ਨਹੀਂ ਗਿਆ, ਸਗੋਂ ਆਉਣ ਤੋਂ ਵੀ ਰੋਕਿਆ ਗਿਆ ਇੱਕ ਤਰ੍ਹਾਂ। ਉਹਨਾਂ ਨੇ ਆਪਣੇ ਹੰਕਾਰ ਦੇ ਵਿੱਚ ਜਿਹੜਾ ਹੈ ਇਹ ਫੈਸਲਾ ਲਿਆ ਵੀ ਜਿਹੜਾ ਅਸੀਂ ਸਾਰੇ ਜਥੇਬੰਦੀਆਂ ਨੂੰ ਇਕੱਠੀ ਨਾ ਕਰੀਏ, ਅਸੀਂ ਆਪੇ ਹੀ ਕਰੀਏ। ਐਸ ਕੇ ਐਮ ਤੋਂ ਵੱਖਰ ਕਰ ਲਿਆ, ਸਾਨੂੰ ਸਾਡੇ ਨਾਲ ਵੀ ਵੱਖਰ ਲਿਆ, ਸਾਨੂੰ ਵੀ ਬਾਹਰ ਕੱਢਤਾ। ਜੇ ਡੱਲੇਵਾਲ ਕਹਿੰਦਾ ਹੈ ਆਉਣ ਵਾਸਤੇ ਮੈਂ ਆ ਜਾਵਾਂਗਾ, ਤੁਸੀਂ ਡੱਲੇਵਾਲ ਨੂੰ ਪੁੱਛ ਲਓ। ਮੇਰੀ ਵਿਚਾਰਧਾਰਾ ਹੈ ਕਿ ਬਿਨਾਂ ਰਾਜਨੀਤੀ ਤੋਂ ਤੁਸੀਂ 100 ਸਾਲ ਵੀ ਲੜੋ ਅਤੇ 100 ਸਾਲ ਦੇ ਵਿੱਚ ਵੀ ਕੁਛ ਨਹੀਂ ਮਨਵਾ ਸਕਦੇ। ਜਿਹੜਾ ਅਸੀਂ ਕਿਹਾ ਸੀ ਵੀ ਕਿਸਾਨਾਂ ਨੂੰ ਰਾਜਨੀਤੀ ਕਰਨੀ ਚਾਹੀਦੀ ਹੈ ਅਤੇ ਅੱਜ ਦੁਬਾਰੇ ਗੋਲੀਆਂ ਖਾਣ ਦੀ ਲੋੜ ਨਹੀਂ ਸੀ, ਅੱਜ ਦੁਬਾਰੇ ਡੰਡੇ ਖਾਣ ਦੇ ਮੁਕੱਦਮੇ ਚੱਲਣ ਦੀ ਲੋੜ ਨਹੀਂ ਸੀ। ਚੋਣ ਲੜਨ ਦਾ ਤੁਹਾਡਾ ਵੀ ਸੀ, ਹਾਲਾਂਕਿ ਐਸ ਕੇ ਐਮ ਦੇ ਵੱਲੋਂ ਬਹੁਤ ਸਾਰੇ ਲੀਡਰਾਂ ਦੇ ਵੱਲੋਂ ਲੈ ਲਿਆ ਗਿਆ, ਉਦੋਂ ਰਾਜਵਾਲ ਸਾਹਿਬ ਹੋਣੀ ਸੀ, ਤਾਂ ਲੱਗਿਆ ਨਹੀਂ ਤੁਹਾਨੂੰ ਕਿ ਫਿਰ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਉਸ ਚੀਜ਼? ਇਹਨਾਂ ਲੋਕਾਂ ਨੇ ਪੈਨ ਨਹੀਂ ਦਿੱਤੀਆਂ, ਇਹ ਇਹਨਾਂ ਨੂੰ ਇਹ ਹੋ ਗਿਆ ਯਾਦ, ਮਤਲਬ ਕਿ ਵੀ ਜੇ ਇਹ ਬਣ ਗਏ, ਲੀਡਰ ਬਣ ਗਏ ਤਾਂ ਫਿਰ ਅਸੀਂ ਪਿੱਛੇ ਰਹਿ ਜਾਂਗੇ। ਕੱਲ੍ਹ ਮੀਟਿੰਗ ਕਰਕੇ ਫੈਸਲਾ ਲਿਆ ਵੀ ਜਿਹੜੇ ਹਿਸਾਬ ਨਾਲ ਸਰਕਾਰ ਧੱਕਾ ਕਰ ਰਹੀ ਹੈ ਇਹ ਹੈ ਤਾਂ ਗਲਤ, ਇਹ ਕੱਲ੍ਹ ਨੂੰ ਸਾਡੇ ਨਾਲ ਵੀ ਹੋਏਗਾ। ਜਥੇਬੰਦੀਆਂ ਵੱਖਰੇ ਵੱਖਰੀਆਂ ਤਾਂ ਵੱਖਰੀ ਗੱਲ ਹੈ, ਪਰ ਚਲੋ ਫਿਰ ਵੀ ਸਾਡੇ ਕਿਸਾਨ ਤਾਂ ਸਾਡੇ ਭਰਾ ਹੀ ਨੇ, ਕਿਸਾਨਾਂ ਵਾਸਤੇ ਅਸੀਂ ਕਰ ਰਹੇ ਹਾਂ, ਇਸ ਕਰਕੇ ਸਾਨੂੰ ਗਰਾਊਂਡ 'ਤੇ ਆਉਣਾ ਚਾਹੀਦਾ। ਆਪਾਂ ਸਾਰਿਆਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰਾਂਗੇ, ਕੋਈ ਆਪਣੀ ਮਰਜ਼ੀ ਨਾਲ ਨਾ ਆਏ ਤਾਂ ਵੱਖਰੀ ਗੱਲ ਹੈ, ਬਾਕੀ ਅਸੀਂ ਸਾਰਿਆਂ ਨੂੰ ਖੁੱਲ੍ਹਾ ਸੱਦਾ ਦੇ ਰਹੇ ਹਾਂ। ਹਰਿਆਣਾ ਵਾਲਾ ਇੱਧਰ ਕਰਾਂਗੇ ਤਾਂ ਸਰਕਾਰ ਨੂੰ ਟੈਨਸ਼ਨ ਹੋਏਗੀ ਨਾ, ਜੇ ਅਸੀਂ ਵੀ ਜਾ ਕੇ ਪਰਲੇ ਪਾਸੇ ਹੀ ਕੈਦ ਹੋ ਜਾਈਏ, ਉਹ ਸਾਨੂੰ ਵੀ ਨਹੀਂ ਵਾਪਸ ਟੱਪਣ ਦੇਣਗੇ ਇੱਧਰ, ਉਹਦਾ ਕੀ ਫਾਇਦਾ ਹੋਏਗਾ? ਮਕਸਦ ਇਹ ਹੈ ਕਿ ਕਿਸਾਨ ਦੀ ਜਿਹੜੀ ਆਰਥਿਕ ਪੁਜੀਸ਼ਨ ਹੈ, ਮਜ਼ਦੂਰ ਦੀ ਜਿਹੜੀ ਆਰਥਿਕ ਪੁਜੀਸ਼ਨ ਹੈ, ਜਾਂ ਦੇਸ਼ ਦਾ ਜਿਹੜਾ ਪੈਸਾ ਹੈ ਉਹਦੇ 'ਚ ਉਹ ਸਾਡੇ ਤੋਂ ਖੋਹ ਕੇ ਪੂੰਜੀਪਤੀਆਂ ਨੂੰ ਦਿਆ ਜਾਵੇ। ਅੱਜ 9 ਬੰਦਿਆਂ ਕੋਲ 50 ਕਰੋੜ ਲੋਕਾਂ ਦੇ ਬਰਾਬਰ ਪ੍ਰੋਪਰਟੀ ਹੋ ਗਈ ਹੈ, ਇਹਦਾ ਮਤਲਬ ਉਹਨਾਂ 9 ਲੋਕਾਂ ਦੀ ਸਰਕਾਰ ਸਪੋਰਟ ਕਰ ਰਹੀ ਹੈ, ਜਾਂ ਜਿਹੜੇ ਕੁਛ ਚੰਦ ਉਤਲੇ ਲੋਕ ਨੇ ਪਿਛਲੇ 10 ਸਾਲਾਂ ਦੇ ਵਿੱਚ ਬੜੇ ਪੂੰਜੀਪਤੀਆਂ ਦਾ 15 ਲੱਖ ਕਰੋੜ ਮਾਫ਼ ਹੋ ਗਿਆ, ਇਹ ਕਿਸਾਨਾਂ ਦਾ ਕਿਉਂ ਨਹੀਂ ਹੋ ਸਕਦਾ ਜਿਹੜੇ ਕਰਜ਼ੇ ਦੇ ਵਿੱਚ ਮਰ ਰਹੇ ਨੇ, ਇਹ ਮਜ਼ਦੂਰਾਂ ਦਾ ਕਿਉਂ ਨਹੀਂ ਹੋ ਸਕਦਾ? ਕੌਮਨ ਮੰਗਾਂ ਹੈ, ਉਹਨਾਂ ਕੌਮਨ ਮੰਗਾਂ 'ਤੇ ਆਪਾਂ ਸਾਰੇ ਇਕੱਠੇ ਹੋ ਸਕਦੇ ਸੀ, ਹੋ ਸਕਦੇ ਹਾਂ। ਇਹ ਪੰਜਾਬ ਸਾਡਾ ਵੱਡਾ ਭਰਾ ਹੈ, ਹਰਿਆਣੇ ਦੇ ਵਿੱਚ ਉਹਨਾਂ ਨੇ ਗੁਜ਼ਰਨਾ ਹੈ, ਪੰਜਾਬ ਨੂੰ ਖਰੌਂਚ ਨਹੀਂ ਆਉਣੀ ਚਾਹੀਦੀ। ਅਸੀਂ ਮਰਾਂਗੇ ਅੱਗੇ ਹੋ ਕੇ, ਅਸੀਂ ਡੰਡੇ ਖਾਵਾਂਗੇ, ਅਸੀਂ ਜੋ ਕੁਛ ਕਰਾਂਗੇ ਭੁਗਤਾਂਗੇ। ਅੱਜ ਤਾਂ ਫਿਰ ਵੀ ਫੈਸਲਾ ਇਹ ਲਿਆ ਹੈ ਕਿ ਵੀ ਠੀਕ ਹੈ, ਉਹ ਬੁਲਾਉਣ ਨਾ ਬੁਲਾਉਣ ਉਹਨਾਂ ਦੀ ਮਰਜ਼ੀ ਹੈ, ਉਹਨਾਂ ਦਾ ਹੰਕਾਰ ਹੈ, ਆਪਣੇ ਹੰਕਾਰ 'ਚ ਰਹਿਣ ਅਤੇ ਰਹੀ ਜਾਣ, ਅਸੀਂ ਆਪਣਾ ਧਰਮ ਨਿਭਾਈਏ। ਅਨਮਿਊਟ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਅਤੇ ਮੈਂ ਹਾਂ ਕੁਲਵਿੰਦਰ ਸਿੰਘ ਛਲੇੜੀ। ਤਾਂ 13 ਫਰਵਰੀ ਤੋਂ ਹਰਿਆਣਾ ਦੇ ਨਾਲ ਲੱਗਦੀ ਸਿੰਘੂ ਬਾਰਡਰ ਦੇ ਉੱਤੇ ਜਿਹੜਾ ਲਗਾਤਾਰ ਕਿਸਾਨਾਂ ਦੇ ਵੱਲੋਂ ਜਿਹੜਾ ਉਹ ਮੋਰਚਾ ਲਗਾਇਆ ਗਿਆ, ਭਾਵ ਕਿਸਾਨ ਜਿਹੜੇ ਆ ਉਹ ਦਿੱਲੀ ਜਾਣਾ ਚਾਹੁੰਦੇ ਸੀ ਪਰ ਹਰਿਆਣਾ ਦੇ ਹੱਦ ਦੇ ਵਿੱਚ ਆਉਣ ਤੋਂ ਪਹਿਲਾਂ ਹੀ ਜਿਹੜਾ ਰੋਕਾਂ ਲਗਾਈਆਂ ਗਈਆਂ। ਲਗਾਤਾਰ ਹਰਿਆਣਾ ਦੀ ਸਰਕਾਰ ਜਿਹੜੀ ਆ ਕੇਂਦਰ ਦੇ ਨਾਲ ਸਾਥ ਦੇ ਰਹੀ ਹੈ, ਹਰਿਆਣਾ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਅਤੇ ਬਹੁਤ ਸਾਰੇ ਪੰਜਾਬ ਦੇ ਲੋਕ ਜਿਹੜੇ ਨੇ
ਹਰਿਆਣਾ ਦੇ ਕਿਸਾਨਾਂ ਦੇ ਉੱਤੇ ਟੇਕ ਲਗਾਈ ਬੈਠੇ ਨੇ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਗੱਲਾਂ ਬਾਤਾਂ ਆਈਆਂ ਕਿ ਭਾਈ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ, ਤਾਂ ਹਰਿਆਣਾ ਦੇ ਵੱਡੇ ਚਿਹਰਾ, ਕਿਸਾਨਾਂ ਦੇ ਲੀਡਰਾਂ ਦੇ ਤੌਰ 'ਤੇ ਵੱਡਾ ਚਿਹਰਾ ਗੁਰਨਾਮ ਸਿੰਘ ਝੜੂਨੀ ਜਿਹੜੇ ਆ ਅੱਜ ਸਾਡੇ ਨਾਲ ਇਸ ਮੁਲਾਕਾਤ ਦੇ ਵਿੱਚ ਸ਼ਾਮਿਲ ਰਹਿਣਗੇ। ਝੜੂਨੀ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਧੰਨਵਾਦ ਝੜੂਨੀ ਸਾਹਿਬ। 13 ਫਰਵਰੀ ਤੋਂ ਲੈ ਕੇ ਪੰਜਾਬ ਦੀ ਅਤੇ ਹਰਿਆਣਾ ਦੀ ਬਾਰਡਰ ਦੇ ਉੱਤੇ ਜਿਹੜਾ ਕੁਝ ਵਾਪਰ ਰਿਹਾ, ਉਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਦੇਖੋ, ਸਰਕਾਰ ਜਿਹੜਾ ਹੈ ਬੜਾ ਧੱਕਾ ਕਰ ਰਹੀ ਹੈ। ਕਈ ਹਜ਼ਾਰ ਉਹਨਾਂ ਨੇ ਜਿਹੜੇ ਆਂਸੂ ਗੈਸ ਦੇ ਗੋਲੇ ਛੱਡੇ ਨੇ ਅਤੇ ਪਲਾਸਟਿਕ ਦਾ ਗੋਲੀਆਂ ਜਿਹੜੀ ਆ ਉਹਨਾਂ ਨਾਲ ਬਹੁਤ ਕਿਸਾਨ ਜ਼ਖਮੀ ਹੋਏ ਹੈ ਜੀ। ਅਤੇ ਇਹ ਮਤਲਬ ਇੱਕ ਤਰ੍ਹਾਂ ਤੋਂ ਅਨਰਥ ਜਿਹੜਾ ਹੈ ਸਰਕਾਰ ਕਰ ਰਹੀ ਹੈ। ਕੋਈ ਕਿਸਾਨ ਜਿਹੜੇ ਨੇ ਆਪਣੇ ਦੇਸ਼ ਦੇ ਨੇ, ਕੋਈ ਵਿਦੇਸ਼ੀ ਨਹੀਂ ਹੈ ਜਿਹਨਾਂ ਨਾਲ ਇਸ ਤਰ੍ਹਾਂ ਕੋਈ ਮੋਰਚਾ ਲਾਇਆ ਜਾਏ ਜਾਂ ਜਿਹਨਾਂ ਨਾਲ ਕੋਈ ਮੁਕਾਬਲਾ ਕੀਤਾ ਜਾਏ। ਇਹਦੀ ਬਜਾਏ ਜਿਹੜਾ ਮੰਗਾਂ ਹੈ ਉਹ ਮੰਨਣੀਆਂ ਚਾਹੀਦੀਆਂ, ਉਹ ਵਾਜਬ ਵੀ ਹੈ ਜੀ, ਕੋਈ ਗੈਰ ਵਾਜਬ ਨਹੀਂ ਹੈ। ਬਰਾਬਰੀ ਦਾ ਹੱਕ ਹੀ ਮੰਗ ਰਹੇ ਨਾ, ਆਪਣਾ ਆਹੀ ਮੰਗ ਰਹੇ ਨਾ ਵੀ ਜਿਹੜਾ ਸਾਨੂੰ ਮਿਲਣਾ ਚਾਹੀਦਾ ਹੈ, ਜਿਹੜਾ ਸਾਡਾ ਬਣਦਾ ਹੈ ਉਹ ਸਾਨੂੰ ਦੇ ਦਿਓ, ਸਾਡਾ ਖੋਹੋ ਨਾ ਜੀ। ਇੰਨੀ ਲੜਾਈ ਹੈ ਨਾ। ਅਤੇ ਜੇ ਲੋਕਤੰਤਰ ਹੈ ਤਾਂ ਫਿਰ ਲੋਕਤੰਤਰ ਦੇ ਵਿੱਚ ਜਿਹੜਾ ਆਪਣੀ ਆਵਾਜ਼ ਚੱਕਦਾ ਹੈ ਉਹਦੀ ਗੱਲ ਸੁਣਨੀ ਚਾਹੀਦੀ ਹੈ, ਨਹੀਂ ਤਾਂ ਫਿਰ ਅੰਗਰੇਜ਼ਾਂ ਦਾ ਰਾਜ ਹੈ ਹੀ ਸੀ, ਗੋਲੀਆਂ 'ਤੇ ਉਹ ਵੀ ਮਾਰ ਦਿੰਦੇ ਸੀ। ਅਤੇ ਇਸ ਕਰਕੇ ਜਿਹੜਾ ਹੈ ਉਹ ਗੱਲਬਾਤ ਨਾਲ ਗੱਲ ਜਿਹੜਾ ਹੈ ਉਹ ਨਿਬੇੜਨੀ ਚਾਹੀਦੀ ਹੈ। ਤਾਂ ਪੰਜਾਬ ਦੇ ਜਿਹੜੇ ਬਹੁਤ ਸਾਰੇ ਕਿਸਾਨ ਜਿਹੜੇ ਆ ਉਹ ਗੁਰਨਾਮ ਸਿੰਘ ਝੜੂਨੀ ਹੋਣਾ ਨੂੰ ਜ਼ਰੂਰ ਉਡੀਕ ਰਹੇ ਸੀ, ਅਸੀਂ ਦੇਖਿਆ। ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਕਿਸਾਨ ਅੰਦੋਲਨ ਪਿਛਲਾ ਚੱਲਿਆ ਸੀ 2021 ਵਾਲਾ, ਤਾਂ ਉਸ ਸਮੇਂ ਤੁਸੀਂ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਸਰਗਰਮੀਆਂ ਜਿਹੜੀਆਂ ਦਿਖਾਈਆਂ, ਪੰਜਾਬ ਦੇ ਵਿੱਚ ਵੀ ਤੁਸੀਂ ਜਾਂਦੇ ਰਹੇ, ਬਹੁਤ ਸਾਰਾ ਕਾਡਰ ਵੀ ਤੁਹਾਡਾ ਪੰਜਾਬ ਦੇ ਵਿੱਚ ਜੁੜਿਆ। ਤਾਂ ਕੀ ਹੋਇਆ ਇਹੋ ਜਿਹਾ ਕਿ ਗੁਰਨਾਮ ਸਿੰਘ ਝੜੂਨੀ ਇਸ ਸਮੇਂ ਜਦੋਂ ਪੰਜਾਬ ਦੇ ਲੋਕ ਦੇਖ ਰਹੇ ਸੀ ਕਿ ਝੜੂਨੀ ਸਾਹਿਬ ਆਉਣਗੇ ਤਾਂ ਝੜੂਨੀ ਸਾਹਿਬ ਪੰਜਾਬ ਨਹੀਂ ਆਏ, ਕੀ ਕਾਰਨ ਰਹੇ? ਨਹੀਂ, ਸਾਨੂੰ ਬੁਲਾਇਆ ਨਹੀਂ ਗਿਆ, ਸਗੋਂ ਆਉਣ ਤੋਂ ਵੀ ਰੋਕਿਆ ਗਿਆ ਇੱਕ ਤਰ੍ਹਾਂ ਤੋਂ। ਜਿਹੜੇ ਪੰਜਾਬ ਦੇ ਕਿਸਾਨ ਲੀਡਰ ਇਸ ਟਾਈਮ ਅੰਦੋਲਨ ਕਰ ਰਹੇ ਨੇ, ਉਹਨਾਂ ਨੇ ਆਪਣੇ ਹੰਕਾਰ ਦੇ ਵਿੱਚ ਜਿਹੜਾ ਹੈ ਇਹ ਫੈਸਲਾ ਲਿਆ ਵੀ ਜਿਹੜਾ ਅਸੀਂ ਸਾਰੇ ਜਥੇਬੰਦੀਆਂ ਨੂੰ ਇਕੱਠੀ ਨਾ ਕਰੀਏ, ਅਸੀਂ ਆਪੇ ਹੀ ਕਰੀਏ। ਤੁਸੀਂ ਦੇਖੋ ਇਹਦੇ 'ਚ ਪੰਜਾਬ ਦੀ ਵੀ ਕਈ ਜਥੇਬੰਦੀਆਂ ਨਹੀਂ ਹੈ, ਪੰਜਾਬ ਦੇ ਇਹਦੇ 'ਚ ਉਗਰਾਹਾਂ ਸ਼ਾਮਿਲ ਨਹੀਂ ਹੈ, ਪੰਜਾਬ ਦਾ ਇਹਦੇ 'ਚ ਰਾਜੇਵਾਲ ਜੀ ਸ਼ਾਮਿਲ ਨਹੀਂ ਹੈ, ਪੰਜਾਬ ਦੀ ਹੋਰ ਕਈ ਜਥੇਬੰਦੀਆਂ ਵੀ ਸ਼ਾਮਿਲ ਨਹੀਂ ਹੈ, ਟਿਕੈਤ ਵੀ ਸ਼ਾਮਿਲ ਨਹੀਂ ਹੈ, ਕਾਮਰੇਡ ਜਥੇਬੰਦੀਆਂ ਵੀ ਸ਼ਾਮਿਲ ਨਹੀਂ ਹੈ। ਪਿੱਛੇ ਆਪਾਂ ਸਾਰੇ ਇਕੱਠੇ ਸੀ, ਐਸਕੇਐਮ ਨਾਲੋਂ ਤਾਂ ਇਹਨਾਂ ਨੇ ਵੱਖ ਹੀ ਕਰ ਲਿਆ ਸੀ ਨਾ ਆਪਣੇ ਆਪ ਨੂੰ, ਇਹ ਕਹਿ ਰਹੇ ਸੀ ਐਸਕੇਐਮ। ਉਹੀ ਚੀਜ਼ ਹੈ, ਐਸਕੇਐਮ ਤੋਂ ਵੱਖ ਕਰ ਲਿਆ, ਸਾਨੂੰ ਸਾਡੇ ਨਾਲ ਵੀ ਵੱਖ ਕਰ ਲਿਆ, ਸਾਨੂੰ ਵੀ ਬਾਹਰ ਕੱਢਤਾ। ਅਤੇ ਮੇਰੇ ਕੋਲ ਦੋ ਬੰਦੇ ਆਏ ਸੀ, ਇਹਨਾਂ ਦੇ ਇੱਕ ਰਮਨ ਮਾਨ ਅਤੇ ਇੱਕ ਜਿਹੜਾ ਹੈ ਰਣਜੀਤ ਰਾਜੂ ਰਾਜਸਥਾਨ ਤੋਂ ਜੀ। ਅਤੇ ਉਹਨਾਂ ਨੂੰ ਮੈਂ ਕਿਹਾ ਵੀ ਜੇ ਡੱਲੇਵਾਲ ਕਹਿੰਦਾ ਆਉਣ ਵਾਸਤੇ ਮੈਂ ਆ ਜਾਵਾਂਗਾ, ਤੁਸੀਂ ਡੱਲੇਵਾਲ ਨੂੰ ਪੁੱਛ ਲਓ। ਠੀਕ, ਕਿਉਂਕਿ ਜਿਹੜੇ ਅਗਵਾਨੀ ਕਰ ਰਹੇ ਨੇ ਹੁਣ ਕਿਸੇ ਦੀ ਆਪਾਂ ਜਾ ਕੇ ਕਿਸੇ ਦੀ ਜਗ੍ਹਾ ਜਾਈਏ ਅਤੇ ਉਹਨਾਂ ਦੀ ਉਹ ਬੁਲਾਉਣ ਤਾਂ ਹੀ ਠੀਕ ਰਹਿੰਦਾ ਨਾ। ਅਤੇ ਉਹਨਾਂ ਦਾ ਮੁੜ ਕੇ ਜਵਾਬ ਕੋਈ ਆਇਆ ਨਹੀਂ। ਫਿਰ ਉਹਨਾਂ ਦੀ ਮੀਟਿੰਗ ਦੇ ਵਿੱਚ ਗੱਲ ਚੱਲੀ, ਦਿੱਲੀ ਜਿਹੜੀ ਮੀਟਿੰਗ ਹੋਈ ਸੀ 21-22 ਜਨਵਰੀ ਦੀ ਜੀ, ਅਤੇ ਉਹਦੇ 'ਚ ਦੋ ਬੰਦਿਆਂ ਨੇ ਗੱਲ ਚਲਾਈ ਹੈ ਵੀ ਗੁਰਨਾਮ ਸਿੰਘ ਨੂੰ ਬੁਲਾਉਣਾ ਚਾਹੀਦਾ, ਆਪਾਂ ਨੇ ਹਰਿਆਣੇ ਦੇ ਵਿੱਚ ਉਹਨੂੰ ਜਾਣਾ ਹੈ ਅਤੇ ਹਰਿਆਣੇ ਦੇ ਲੋਕਾਂ ਦੀ ਸਪੋਰਟ ਚਾਹੀਦੀ ਹੈ ਜੀ। ਹਰਿਆਣੇ ਵਾਲਿਆਂ 'ਤੇ ਆਪਾਂ ਪੁੱਛੀਏ, ਇਹਨਾਂ ਕਿਹਾ ਜੀ ਵੀ ਗੁਰਨਾਮ ਸਿੰਘ ਜਾਂ ਤਾਂ ਗੁਰਨਾਮ ਸਿੰਘ 'ਤੇ ਜਿਹੜਾ ਹੈ ਰਾਜਨੀਤੀ ਕਹਿੰਦਾ ਬਹੁਤ ਵਿਚਾਰਧਾਰਾ 'ਤੇ ਹੈ ਵੀ ਰਾਜਨੀਤੀ 'ਚ ਹਿੱਸਾ ਲੈਣਾ ਚਾਹੀਦਾ, ਅਸੀਂ ਤਾਂ ਗੈਰ ਰਾਜਨੀਤਿਕ ਹਾਂ ਇਸ ਕਰਕੇ ਅਸੀਂ ਨਹੀਂ ਬੁਲਾਵਾਂਗੇ, ਜਾਂ ਫਿਰ ਉਹ ਪਹਿਲਾਂ
ਜਿਹੜਾ ਹੈ ਅਨਾਊਂਸ ਕਰੇ ਕਿ ਵੀ ਮੈਂ ਰਾਜਨੀਤੀ ਨਹੀਂ ਕਰਾਂਗਾ। ਇਹ ਸ਼ਰਤਾਂ ਹੋ ਗਈਆਂ। ਮੇਰੀ ਵਿਚਾਰਧਾਰਾ ਹੈ ਕਿ ਬਿਨਾਂ ਰਾਜਨੀਤੀ ਤੋਂ ਤੁਸੀਂ 100 ਸਾਲ ਵੀ ਲੜੋ ਤੇ 100 ਸਾਲ ਦੇ ਵਿੱਚ ਵੀ ਕੁਛ ਨਹੀਂ ਮਨਵਾ ਸਕਦੇ। ਹੁਣ ਆਪਾਂ ਜੇ ਉਦਾਹਰਣ ਤੌਰ ਤੇ ਦੇਖੀਏ ਜੇ ਅੱਜ ਪੰਜਾਬ ਦੇ ਵਿੱਚ ਕਿਸਾਨਾਂ ਦੀ ਸਰਕਾਰ ਹੁੰਦੀ ਜਿਹੜਾ ਅਸੀਂ ਕਿਹਾ ਸੀ ਵੀ ਕਿਸਾਨਾਂ ਨੂੰ ਰਾਜਨੀਤੀ ਕਰਨੀ ਚਾਹੀਦੀ ਹੈ ਤੇ ਅੱਜ ਦੁਬਾਰੇ ਗੋਲੀਆਂ ਖਾਣ ਦੀ ਲੋੜ ਨਹੀਂ ਸੀ, ਅੱਜ ਦੁਬਾਰੇ ਡੰਡੇ ਖਾਣ ਦੇ ਮੁਕੱਦਮੇ ਝੱਲਣ ਦੀ ਲੋੜ ਨਹੀਂ ਸੀ। ਪੰਜਾਬ ਦੀ ਜਿਹੜੀ ਸਰਕਾਰ ਆਪਣੇ ਹੱਥ 'ਚ ਹੁੰਦੀ ਚੰਗਾ ਕੰਮ ਕਰਕੇ ਦਿਖਾਉਂਦੇ, ਇੱਕ ਮਾਡਲ ਪੇਸ਼ ਹੁੰਦਾ ਪੂਰੇ ਦੇਸ਼ ਦੇ ਵਿੱਚ, ਅੱਗੇ ਕਿਸਾਨਾਂ ਦੀ ਸਰਕਾਰ ਹੁੰਦੀ, ਕਿਸਾਨਾਂ ਦਾ ਇੰਟਰਫੇਰੈਂਸ ਹੁੰਦਾ। ਹੁਣ ਕੀ ਹੈ, ਆਪਾਂ ਕਹਿ ਰਹੇ ਹਾਂ ਵੀ ਸਰਕਾਰ ਗੱਲ ਕਰੇ, ਸਰਕਾਰ ਗੱਲ ਕਰਦੀ ਹੈ ਕਿੰਨਾ ਕੁਛ ਹੋਣ ਤੋਂ ਬਾਅਦ ਸਰਕਾਰ ਨੇ ਗੱਲ ਕੀਤੀ, ਉਹ ਵੀ 3 ਮੰਤਰੀ ਸਰਕਾਰ ਦੇ ਆਏ ਇੰਨਾ ਕੁਛ ਕਰਨ ਤੋਂ ਬਾਅਦ। ਜੇ ਅਸੀਂ ਵੀ ਸੰਸਦ ਦੇ ਵਿੱਚ ਹੁੰਦੇ, ਅਸੀਂ ਇਹ ਵਿਧਾਨ ਸਭਾਵਾਂ ਦੇ ਵਿੱਚ ਹੋਣ, ਕਿਸਾਨਾਂ ਦੇ ਜਿਹੜਾ ਹੈ ਜਿਹੜੇ ਅਗਵਾਨੀ ਕਰਨ ਵਾਲੇ ਨੇ ਉਹ ਸੰਸਦ ਦੇ ਵਿੱਚ ਜਿਹੜੇ ਬਹਿਣਗੇ ਜਾ ਕੇ, ਤੇ ਉੱਥੇ ਉੱਥੇ ਦੇ 20 ਮੰਤਰੀ ਹੋਣਗੇ, ਉੱਥੇ ਸਾਰੇ ਦੇਸ਼ ਦੀ ਸਰਕਾਰ ਹੋਏਗੀ, ਉੱਥੇ ਦੇ ਆਪਾਂ ਸਾਰਿਆਂ ਦੇ ਵਿੱਚ ਆਪਣੇ ਤਰਕ ਵਿਤਰਕ ਰੱਖਾਂਗੇ ਜੀ। ਇਹ ਕਹਿੰਦੇ ਨਹੀਂ, ਉਸ ਤੋਂ ਬਾਹਰ ਰਹੋ ਤੇ ਬਾਹਰ ਰਹਿ ਫਿਰ ਇਹ ਰਿਜ਼ਲਟ ਤੁਹਾਡੇ ਸਾਹਮਣੇ ਆਉਂਦੇ। ਪਰ ਚੜੂਨੀ ਸਾਹਿਬ, ਜਿਹੜਾ ਇਹ ਆਈਡੀਆ ਸੀ ਚੋਣ ਲੜਨ ਦਾ, ਇਹ ਤੁਹਾਡਾ ਵੀ ਸੀ, ਹਾਲਾਂਕਿ ਐਸ ਕੇ ਐਮ ਦੇ ਵੱਲੋਂ ਬਹੁਤ ਸਾਰੇ ਲੀਡਰਾਂ ਦੇ ਵੱਲੋਂ ਲੈ ਲਿਆ ਗਿਆ ਉਦੋਂ ਰਾਜਵਾਲ ਸਾਹਿਬ ਹੋਣੀ ਸੀ, ਤਾਂ ਲੱਗਿਆ ਨਹੀਂ ਤੁਹਾਨੂੰ ਕਿ ਫਿਰ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਉਸ ਚੀਜ਼ ਨੂੰ? ਪੈਣ ਨਹੀਂ ਦਿੱਤੀਆਂ ਇਹਨਾਂ ਲੋਕਾਂ ਨੇ, ਪੈਣ ਨਹੀਂ ਦਿੱਤੀਆਂ ਇਹ ਇਹਨਾਂ ਨੂੰ। ਇਹ ਹੋ ਗਿਆ ਯਾਦ, ਮਤਲਬ ਕਿ ਵੀ ਜੇ ਇਹ ਬਣ ਗਏ ਲੀਡਰ ਬਣ ਗਏ ਤੇ ਫਿਰ ਅਸੀਂ ਪਿੱਛੇ ਰਹਿ ਜਾਵਾਂਗੇ, ਅਸੀਂ ਪਿੱਛੇ ਰਹਿ ਜਾਵਾਂਗੇ, ਇਹਨਾਂ ਦੀ ਟੰਗ ਖਿੱਚੀਏ। ਜੇ ਮਤਲਬ ਉਹਨਾਂ ਨੂੰ ਇਹ ਪਸੰਦ ਹੈ ਵੀ ਨਹੀਂ ਇਲੈਕਸ਼ਨ ਨਹੀਂ ਲੜਨਾ ਚਾਹੀਦਾ, ਨਾ ਲੜੋ, ਹੋਰਾਂ ਨੂੰ ਕਿਉਂ ਰੋਕਦੇ ਹੋ? ਉਹਨਾਂ 'ਤੇ ਇਹ ਫੈਸਲਾ ਲਿਆ ਨਾ ਕਿ ਜਿਹੜਾ ਇਲੈਕਸ਼ਨ ਲੜੇਗਾ ਉਹਨੂੰ ਐਸ ਕੇ ਐਮ 'ਚੋਂ ਬਾਹਰ ਕੱਢਾਂਗੇ, ਠੀਕ ਹੈ, ਉਹਦਾ ਕੋਈ ਮਤਲਬ ਨਹੀਂ ਬਣਦਾ। ਤਾਂ ਹੁਣ ਤੁਸੀਂ ਸਮਰਥਨ ਕਰ ਰਹੇ ਹੋ ਉਸ ਧਰਨੇ ਨੂੰ ਜਾਂ ਕਿਸ ਤਰ੍ਹਾਂ ਦੇਖਿਆ ਜਾਵੇ? ਕਿਉਂਕਿ ਕੱਲ੍ਹ ਤੁਹਾਡੀ ਇੱਕ ਸਟੇਟਮੈਂਟ ਆਉਂਦੀ ਹੈ ਕਿ ਮੈਂ ਹਰਿਆਣੇ ਦੇ ਵਿੱਚ ਜਿਹੜਾ ਉਹ ਸੰਘਰਸ਼ ਜ਼ਰੂਰ ਕਰਾਂਗਾ, ਮੈਂ 17 ਤਰੀਕ ਦੀ ਕਾਲ ਵੀ ਤੁਸੀਂ ਦਿੱਤੀ, ਅੱਜ ਦੀ ਵੀ ਕਾਲ ਦਿੱਤੀ ਹੋਈ ਆ, ਤਾਂ ਟੋਲ ਪਲਾਜ਼ੇ ਤੁਸੀਂ ਬੰਦ ਕਰ ਰਹੇ ਹੋ, ਕੱਲ੍ਹ ਐਸ ਕੇ ਐਮ ਨੇ ਵੀ ਜਿਹੜਾ ਪੰਜਾਬ ਦੇ ਵਿੱਚ ਵੀ ਟੋਲ ਪਲਾਜ਼ੇ ਬੰਦ ਕੀਤੇ, ਤਾਂ ਅਗਰਾਹਾਂ ਜਥੇਬੰਦੀ ਨੇ ਰੇਲਾਂ ਰੋਕੀਆਂ, ਤਾਂ ਫਿਰ ਉਹਨੂੰ ਕਿੱਦਾਂ ਸਮਝਿਆ ਜਾਵੇ? ਦੇਖੋ, ਸਮਝਣ ਨੂੰ ਤਾਂ ਇਹ ਹੈ ਕਿ ਵੀ ਹੁਣ ਕਿਸਾਨਾਂ ਦੇ ਜਿਹੜੇ ਨੁਕਸਾਨ ਹੋ ਰਿਹਾ ਉਹ ਦੇਖਿਆ ਵੀ ਨਹੀਂ ਜਾਂਦਾ, ਸ਼ਾਇਦ ਉਹਨਾਂ ਦੀ ਮਨਸਾ ਵੀ ਇਹੋ ਸੀ ਕਿ ਵੀ ਬਾਅਦ 'ਚ ਲੱਗਣਗੇ, ਉਹ ਮਜਬੂਰੀ ਵੀ ਹੁੰਦੀ ਹੈ। ਹੁਣ ਅਸੀਂ ਕੱਲ੍ਹ ਮੀਟਿੰਗ ਕੀਤੀ ਸੀ, ਅਸੀਂ ਕੱਲ੍ਹ ਮੀਟਿੰਗ ਕਰਕੇ ਫੈਸਲਾ ਲਿਆ ਵੀ ਜਿਹੜੇ ਹਿਸਾਬ ਨਾਲ ਸਰਕਾਰ ਧੱਕਾ ਕਰ ਰਹੀ ਹੈ ਇਹ ਹੈ ਤਾਂ ਗਲਤ, ਇਹ ਕੱਲ੍ਹ ਨੂੰ ਸਾਡੇ ਨਾਲ ਵੀ ਹੋਏਗਾ, ਇਸੇ ਤਰ੍ਹਾਂ ਕਰਨਗੇ ਜੀ। ਜਥੇਬੰਦੀ ਆ ਵੱਖਰੇ ਵੱਖਰੀਆਂ ਦੇ ਵੱਖਰੀ ਗੱਲ ਹੈ, ਪਰ ਚਲੋ ਫਿਰ ਵੀ ਸਾਡੇ ਕਿਸਾਨ ਤੇ ਸਾਡੇ ਭਰਾ ਹੀ ਨੇ, ਕਿਸਾਨਾਂ ਵਾਸਤੇ ਅਸੀਂ ਕਰ ਰਹੇ ਹਾਂ, ਇਸ ਕਰਕੇ ਸਾਨੂੰ ਗਰਾਊਂਡ 'ਤੇ ਆਉਣਾ ਚਾਹੀਦਾ। ਅਤੇ ਅਸੀਂ ਕੱਲ੍ਹ ਮੀਟਿੰਗ ਬੁਲਾਈ ਸੀ, ਮੀਟਿੰਗ ਬੁਲਾ ਕੇ ਫਿਰ ਅੱਜ ਤੋਂ ਅਸੀਂ ਇਹ ਕਿਹਾ ਵੀ ਅੱਜ ਅਸੀਂ 3 ਘੰਟੇ ਵਾਸਤੇ ਹਰਿਆਣਾ ਦੇ ਵਿੱਚ ਟੋਲ ਬੰਦ ਕਰਾਂਗੇ ਜੀ, ਟੋਲ ਫ੍ਰੀ ਜੀ, ਫ੍ਰੀ ਕਰ, ਜਾਮ ਨਹੀਂ ਕਰਨਾ, ਹਾਂ 3 ਘੰਟੇ ਲਈ ਦੱਸੋ, 3 ਘੰਟੇ ਲਈ। ਅਤੇ ਕੱਲ੍ਹ ਨੂੰ ਅਸੀਂ ਟਰੈਕਟਰ ਮਾਰਚ ਕਰਾਂਗੇ ਹਰ ਤਹਿਸੀਲ ਦੇ ਵਿੱਚ, ਠੀਕ ਹੈ, ਅਤੇ ਉਦੋਂ ਬਾਅਦ ਜਿੰਨੇ ਹਰਿਆਣੇ ਦੇ ਸੰਗਠਨ ਹੈ ਉਹਨਾਂ ਸਭ ਦੀ ਮੀਟਿੰਗ ਬੁਲਾ ਕੇ ਆਪਾਂ ਇਹ ਤੈਅ ਕਰਾਂਗੇ ਵੀ ਹਰਿਆਣੇ ਦਾ ਇਹਦੇ 'ਚ ਕੀ ਰੋਲ ਕਰੀਏ, ਉਹਦੇ 'ਚ ਕੋਈ ਮਤਲਬ ਛੋਟਾ ਸੰਗਠਨ ਹੈ, ਕੋਈ ਵੱਡਾ ਸੰਗਠਨ ਹੈ, ਆਪਾਂ ਸਾਰਿਆਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰਾਂਗੇ, ਕੋਈ ਆਪਣੀ ਮਰਜ਼ੀ ਨਾਲ ਨਾ ਆਏ ਤਾਂ ਵੱਖਰੀ ਗੱਲ ਹੈ, ਬਾਕੀ ਅਸੀਂ ਸਾਰਿਆਂ ਨੂੰ ਖੁੱਲ੍ਹਾ ਸੱਦਾ ਦੇ ਰਹੇ ਹਾਂ, ਤੁਹਾਡੇ ਚੈਨਲ ਦੇ ਮਾਧਿਅਮ ਤੋਂ ਵੀ ਦੇ ਰਹੇ ਹਾਂ, ਕੱਲ੍ਹ ਵੀ ਅਸੀਂ ਖੁੱਲ੍ਹਾ ਸੱਦਾ ਦਿੱਤਾ ਹੈ ਅਤੇ ਅਸੀਂ ਸਾਰਿਆਂ ਨੂੰ ਬੁਲਾ ਰਹੇ ਹਾਂ, ਅਤੇ ਉਦੋਂ ਬਾਅਦ ਜਿਹੜਾ ਫੈਸਲਾ ਹੋਏਗਾ ਹੋਏਗਾ।
ਤਾਂ ਭਾਵ ਤੁਸੀਂ ਫਿਰ ਉੱਧਰ ਵੀ ਜਾ ਸਕਦੇ ਹੋ ਜਾਂ ਕਿਸ ਤਰ੍ਹਾਂ, ਜਾਂ ਇਸੇ ਹਰਿਆਣੇ ਦੇ ਵਿੱਚ ਤੁਹਾਡਾ ਕੋਈ? ਉੱਧਰ ਜਾਣ ਦਾ ਤਾਂ ਕੋਈ ਫਾਇਦਾ ਨਹੀਂ ਹੋਣਾ ਨਾ, ਉੱਧਰ ਜਾ ਕੇ ਤੇ ਅਸੀਂ ਵੀ ਇੱਕ ਤਰ੍ਹਾਂ ਤੋਂ ਪਰਾਂ ਹੀ ਰੁਕ ਗਏ। ਜਿਹੜੇ ਸਾਡੇ ਭਰਾ ਉੱਧਰ ਚਲੇ ਗਏ ਉਹਨਾਂ ਨੇ ਕੀ ਕਰ ਲਿਆ ਜਾ ਕੇ, ਉਹ ਵੀ ਪਰਾਂ ਦੇ ਪਰਾਂ ਹੀ ਰੁਕ ਗਏ। ਚੰਗਾ ਹੈ ਕਿ ਹਰਿਆਣੇ ਦੇ ਵਿੱਚ ਆਪਾਂ ਕਰੀਏ, ਜੇ ਪੰਜਾਬ ਵਾਲੇ ਉੱਧਰ ਕਰ ਰਹੇ ਤੇ ਹਰਿਆਣੇ ਵਾਲੇ ਇੱਧਰ ਕਰੀਏ, ਹਰਿਆਣੇ ਵਾਲੇ ਇੱਧਰ ਕਰਾਂਗੇ ਤਾਂ ਸਰਕਾਰ ਨੂੰ ਟੈਨਸ਼ਨ ਹੋਏਗੀ ਨਾ, ਜੇ ਅਸੀਂ ਵੀ ਜਾ ਕੇ ਪਰਲੇ ਪਾਸੇ ਹੀ ਕੈਦ ਹੋ ਜਾਈਏ, ਉਹ ਸਾਨੂੰ ਵੀ ਨਹੀਂ ਵਾਪਸ ਟੱਪਣ ਦੇਣਗੇ ਇੱਧਰ, ਉਹਦਾ ਕੀ ਫਾਇਦਾ ਹੋਏਗਾ? ਪਰ ਜਿਹੜਾ ਕੁਛ ਹਰਿਆਣੇ ਦੀ ਸਰਕਾਰ ਦੇ ਵੱਲੋਂ ਬਾਰਡਰ ਦੇ ਉੱਤੇ ਜਿਸ ਤਰ੍ਹਾਂ ਦੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ, ਤਾਂ ਕੀ ਲੱਗਦਾ ਕਿ ਉਸਦੇ ਨਾਲ ਹਰਿਆਣੇ ਦੇ ਵਿੱਚ ਜਿਹੜਾ ਆਉਣ ਵਾਲੇ ਸਮੇਂ ਵਿੱਚ, ਹਰਿਆਣੇ 'ਚ ਵੀ ਵੋਟਾਂ ਨੇ, ਪੂਰੇ ਦੇਸ਼ ਦੇ ਵਿੱਚ ਹੀ ਵੋਟਾਂ ਨੇ, ਤਾਂ ਕੀ ਲੱਗਦਾ ਕਿ ਜਿਹੜਾ ਉਹ ਅਸਰ ਕਿਸ ਤਰ੍ਹਾਂ ਦਾ ਗਰਾਊਂਡ ਲੈਵਲ ਦੇ ਉੱਤੇ? ਦੇਖੋ, ਅਸਰ ਤਾਂ ਕੋਈ ਵੀ ਜੇ ਹੁੰਦਾ ਉਹਦੀ ਨੈਗੇਟਿਵਿਟੀ ਜਾਂਦੀ ਹੈ, ਸਰਕਾਰ ਦੀ ਨੈਗੇਟਿਵਿਟੀ ਜਾਏ, ਮਤਲਬ ਇਸ ਤਰ੍ਹਾਂ ਦੀ। ਪਰ ਸਾਡਾ ਜਿਹੜਾ ਮਕਸਦ ਹੈ, ਸਾਡਾ ਕੋਈ ਉਹ ਨਹੀਂ ਹੈ ਮਕਸਦ ਜਿਹੜਾ ਕਿ ਵੀ ਅਸੀਂ ਕਿਸੇ ਦੀ ਵਿਅਕਤੀ ਵਿਸ਼ੇਸ਼ ਦੇ ਵਿਰੁੱਧ ਕਰ ਰਹੇ ਹਾਂ ਜਾਂ ਕਿਸੇ ਪਾਰਟੀ ਵਿਰੁੱਧ ਕਰ ਰਹੇ ਹਾਂ, ਉਹ ਮਕਸਦ ਨਹੀਂ ਹੈ। ਮਕਸਦ ਇਹ ਹੈ ਕਿ ਕਿਸਾਨ ਦੀ ਜਿਹੜੀ ਆਰਥਿਕ ਪੁਜੀਸ਼ਨ ਹੈ, ਮਜ਼ਦੂਰ ਦੀ ਜਿਹੜੀ ਆਰਥਿਕ ਪੁਜੀਸ਼ਨ ਹੈ, ਜਾਂ ਦੇਸ਼ ਦਾ ਜਿਹੜਾ ਪੈਸਾ ਹੈ ਉਹਦੇ 'ਚ ਉਹ ਸਾਡੇ ਤੋਂ ਖੋਹ ਕੇ ਪੂੰਜੀਪਤੀਆਂ ਨੂੰ ਦਿਆ ਜਾ ਰਿਹਾ, ਦੇਸ਼ ਦਾ ਜਿਹੜਾ ਬਜਟ ਹੈ ਉਹਦੇ 'ਚ ਸਾਡਾ ਹਿੱਸਾ ਘੱਟ ਹੈ ਅਤੇ ਉਹ ਆਪਣਾ ਹਿੱਸਾ ਅਸੀਂ ਮੰਗ ਰਹੇ ਹਾਂ। ਇੱਕ ਪਾਸੇ ਤੁਸੀਂ ਦੇਖੋ, ਅੱਜ 9 ਬੰਦਿਆਂ ਕੋਲ 50 ਕਰੋੜ ਲੋਕਾਂ ਦੇ ਬਰਾਬਰ ਪ੍ਰੋਪਰਟੀ ਹੋ ਗਈ ਹੈ, ਇਹਦਾ ਮਤਲਬ ਉਹਨਾਂ 9 ਲੋਕਾਂ ਦੀ ਸਰਕਾਰ ਸਪੋਰਟ ਕਰ ਰਹੀ ਹੈ, ਜਾਂ ਜਿਹੜੇ ਕੁਛ ਚੰਦ ਉਤਲੇ ਲੋਕ ਨੇ ਉਹਨਾਂ ਨੂੰ ਸਰਕਾਰ ਦੇ ਰਹੀ ਹੈ। ਤੁਸੀਂ ਦੇਖੋ, ਪਿਛਲੇ 10 ਸਾਲਾਂ ਦੇ ਵਿੱਚ ਬੜੇ ਪੂੰਜੀਪਤੀਆਂ ਦਾ 15 ਲੱਖ ਕਰੋੜ ਮਾਫ਼ ਹੋ ਗਿਆ, ਇਹ ਕਿਸਾਨਾਂ ਦਾ ਕਿਉਂ ਨਹੀਂ ਹੋ ਸਕਦਾ ਜਿਹੜੇ ਕਰਜ਼ੇ ਦੇ ਵਿੱਚ ਮਰ ਰਹੇ ਨੇ? ਇਹ ਮਜ਼ਦੂਰਾਂ ਦਾ ਕਿਉਂ ਨਹੀਂ ਹੋ ਸਕਦਾ? ਇਹ ਪੈਸਾ ਬੇਰੁਜ਼ਗਾਰਾਂ 'ਤੇ ਕਿਉਂ ਨਹੀਂ ਖਰਚਿਆ ਜਾ ਸਕਦਾ? ਬੇਰੁਜ਼ਗਾਰ ਦੇ ਵਾਸਤੇ ਰੁਜ਼ਗਾਰ ਕਿਉਂ ਨਹੀਂ ਖੋਲ੍ਹੇ ਜਾ ਸਕਦੇ? ਸਾਰਾ ਜਿਹੜਾ ਦੇਸ਼ ਦਾ ਕਾਰੋਬਾਰ ਹੈ ਉਹ ਕੰਪਨੀਆਂ ਦੇ ਹਵਾਲੇ ਕਾਨੂੰਨ ਬਣਾ ਕੇ ਕਿਉਂ ਕੀਤਾ ਜਾ ਰਿਹਾ? ਤੁਸੀਂ ਦੇਖੋ, ਅੱਜ ਹਾਈਵੇ ਬਣ ਰਹੇ ਹੈ, ਪਹਿਲਾ ਹਾਈਵੇ ਬਣਿਆ ਆਪਾਂ ਜਿਹੜਾ ਜਿੱਟ ਰੋਡ ਨੂੰ ਤੁਸੀਂ ਆਉਂਦੇ ਹੋ ਜੀ, ਦਿੱਲੀ ਤੋਂ ਲੈ ਕੇ ਆਪਾਂ ਅੰਮ੍ਰਿਤਸਰ ਤੱਕ ਦੇਖੀਏ, ਕਈ ਲੱਖ ਬੰਦੇ ਦਾ ਰੁਜ਼ਗਾਰ ਹੈ। ਅੱਗੇ ਜਿਹੜੇ ਰੋਡ ਬਣ ਰਹੇ ਨੇ, ਹੁਣ ਤੁਸੀਂ ਦੇਖੋ 152D ਹੈ, ਜਾਂ ਜਿਹੜੇ ਆ ਰੋਡ ਹੁਣ ਨਵੇਂ ਬਣ ਰਹੇ ਨੇ, ਜਾਂ ਆਪਾਂ ਜਾਈਏ ਆਗਰੇ ਤੋਂ ਆਪਾਂ ਲਖਨਊ ਜਾਈਏ ਜੀ, ਅਤੇ ਇੱਕ ਬੰਦੇ ਦਾ ਰੁਜ਼ਗਾਰ ਵੀ ਨਹੀਂ, ਸਿੰਗਲ ਬੰਦੇ ਦਾ ਵੀ। ਤੁਸੀਂ KMP ਦਿੱਲੀ ਦਾ KMP ਦੇਖ ਲਓ, ਇੱਕ ਸਿੰਗਲ ਬੰਦੇ ਦਾ ਵੀ ਰੁਜ਼ਗਾਰ ਨਹੀਂ ਹੈ। ਉਹਨਾਂ ਨੂੰ ਚੌਗਿਰਦਿਓ ਸੀਲ ਕੀਤਾ ਹੈ, ਉੱਥੇ ਜਿਹੜੇ ਰੈਸਟ ਏਰੀਆ ਉਹਦੇ 'ਚ ਵਿੱਚ ਜੋ ਕਾਰੋਬਾਰ ਹੈ ਉਹ ਸਾਰਾ ਕੰਪਨੀ ਦਾ ਹੈ, ਜ਼ਮੀਨ ਸਾਡੇ ਤੋਂ ਉਸੇ ਰੇਟ 'ਤੇ ਲਈ ਹੈ ਅਤੇ ਉਹਦੇ 'ਚ ਕਰ ਰਹੇ ਨੇ ਕਾਰੋਬਾਰ, ਆਪਣੇ ਹੋਟਲ ਖੋਲ੍ਹ ਰਹੇ ਨੇ, ਆਪਣਾ ਕੁਛ ਜੋ ਵੀ ਹੈ ਉਸੇ ਕੰਪਨੀ ਦਾ, ਠੀਕ ਹੈ। ਅਤੇ ਇਹ ਰੁਜ਼ਗਾਰ ਖੋਲ੍ਹ ਕੇ ਇੱਕ ਕੰਪਨੀ ਨੇ ਰੋਡ ਬਣਾਇਆ, ਉਸੇ ਕੰਪਨੀ ਨੂੰ ਸਾਰਾ ਕਾਰੋਬਾਰ ਦੇ ਤਾ, ਉਹ ਤਾਂ ਬਣ ਗਈ ਖਰਬਪਤੀ, ਅਤੇ ਜਿਹੜੇ ਆਮ ਜਨਤਾ ਉਹਨਾਂ ਦਾ ਸਾਰਾ ਕਾਰੋਬਾਰ ਚਲਾ ਗਿਆ, ਨਾ ਨੌਕਰੀਆਂ ਨਾ ਕਾਰੋਬਾਰ। ਹੁਣ ਆਪਣੇ ਹਰਿਆਣੇ ਦਾ ਅਤੇ ਪੰਜਾਬ ਦਾ ਅਤੇ ਜਿਹੜਾ ਯੁਵਾ ਹੈ ਉਹ ਆਪਣੇ ਭਾਰਤ ਨੂੰ ਛੱਡ ਕੇ ਅਤੇ ਬਾਹਰ ਜਾ ਰਿਹਾ, ਵਿਦੇਸ਼ਾਂ ਵੱਲ ਨੂੰ ਬਾਹਰ ਜਾਣਾ, ਵਿਦੇਸ਼ ਜਾ ਰਿਹਾ ਜੀ। ਬੇਰੁਜ਼ਗਾਰੀ ਜੇ ਕਹੋ ਤਾਂ ਇੱਥੇ ਹਰਿਆਣੇ ਦੇ ਵਿੱਚ 38% ਬੇਰੁਜ਼ਗਾਰੀ ਹੈ, ਪੂਰੇ ਦੇਸ਼ 'ਚ ਟੋਪਰ ਹੈ ਹਰਿਆਣਾ, ਠੀਕ ਹੈ। ਅਤੇ ਇਹ ਚੀਜ਼ਾਂ ਜਿਹੜੀ ਆ ਰਹੇ ਉਹਨਾਂ ਵਾਸਤੇ ਅਸੀਂ ਲੜ ਰਹੇ ਹਾਂ, ਅਸੀਂ ਕੋਈ ਵਿਅਕਤੀ ਵਿਸ਼ੇਸ਼ ਦੇ ਖਿਲਾਫ਼ ਨਹੀਂ ਲੜ ਰਹੇ, ਅਸੀਂ ਵਿਵਸਥਾ ਦੇ ਖਿਲਾਫ਼ ਲੜ ਰਹੇ ਹਾਂ। ਤਾਂ ਮੰਗਾਂ ਜਿਹੜੀਆਂ ਨੇ, ਮੰਗਾਂ ਚੜੂੰਜ ਸਾਹਿਬ ਉਹੀ ਮੰਗਾਂ ਨੇ ਜਿਹੜੀਆਂ ਇਸ ਸਕੀਮ ਦੇ
ਉਦੋਂ ਵੀ ਸੀਗੀਆਂ ਇਹ ਮੰਗਾਂ ਸਾਰੀਆਂ, ਐਮ ਐਸ ਪੀ ਦੀ ਗੱਲ ਹੋਵੇ, ਕਰਜ਼ਾ ਮਾਫ਼ੀ ਦੀ ਗੱਲ ਹੋਵੇ, ਲਖੀਮਪੁਰ ਖੀਰੀ ਵਾਲੀ ਗੱਲ ਹੋਵੇ, ਜਾਂ ਕਿਸਾਨਾਂ ਦੀ ਪੈਨਸ਼ਨ ਲਗਾਉਣ ਦੀ ਗੱਲ ਹੋਵੇ, ਕਰਜ਼ਾ ਮਾਫ਼ੀ ਦੀ ਗੱਲ ਹੋਵੇ, ਮੰਗਾਂ ਲਗਭਗ ਉਹੀ ਜਿਹੜੀਆਂ 8-10 ਮੰਗਾਂ ਉਹ ਸੀਗੀਆਂ ਉਹੀ ਸੀ। ਤਾਂ ਕੀ ਲੱਗਦਾ ਨਹੀਂ ਸੀ ਵੀ ਇਹਦੇ 'ਤੇ ਇਕੱਠੇ ਹੋ ਕੇ ਵੀ ਸੰਘਰਸ਼ ਜਿਹੜਾ ਉਹ ਵਿੰਡਿਆ ਜਾ ਸਕਦਾ ਸੀਗਾ? ਫਿਰ ਉਸ ਨਹੀਂ ਪੂਰਾ ਹੋਇਆ, ਇਕੱਠਿਆਂ ਨੇ ਹੀ ਮਿਟਣਾ ਚਾਹੀਦਾ ਸੀ। ਜਦੋਂ ਮੰਗਾਂ ਸਾਰੇ ਦੇਸ਼ ਦੀਆਂ ਤੇ ਸੰਗਠਨ ਵੀ ਸਾਰੇ ਦੇਸ਼ ਦੇ ਇਕੱਠੇ ਹੋਣੇ ਚਾਹੀਦੇ, ਕਿਉਂਕਿ ਵਿਚਾਰਧਾਰਕ ਤੌਰ ਤੇ ਤਾਂ ਪਹਿਲਾਂ ਵੀ ਵੱਖੋ ਵੱਖ ਸੀਗੇ ਤੁਸੀਂ। ਵਿਚਾਰਧਾਰਕ ਤੌਰ ਤੇ ਪਹਿਲਾਂ ਜੇ ਵੱਖੋ ਵੱਖ ਨਾ ਹੁੰਦੇ ਤੇ ਪੰਜਾਬ ਦੇ ਵਿੱਚ 54 ਯੂਨੀਅਨ ਵਿੱਚ 54 ਕਿਉਂ ਬਣਦੀਆਂ? ਜੇ ਵੱਖੋ ਵੱਖ ਵਿਚਾਰਧਾਰਾ ਨਾ ਹੁੰਦੀ ਫਿਰ ਤੇ ਪਹਿਲਾਂ ਵੀ ਵੱਖਰੇ ਨਹੀਂ ਸੀ ਹੋਣਾ, ਵੱਖਰੇ ਸੀ। ਪਰ ਮਿਨੀਮਮ ਏਜੰਡੇ ਤੇ ਆਪਾਂ ਇਕੱਠੇ ਹੋ ਸਕਦੇ ਹਾਂ ਜੀ, ਬਈ ਜਿਵੇਂ ਐਮ ਐਸ ਪੀ ਦੀ ਮੰਗ ਹੈ ਸਾਰੇ ਦੇਸ਼ ਦੀ ਸਾਂਝੀ ਹੈ ਜੀ, ਕਰਜ਼ਾ ਮਾਫ਼ੀ ਦੀ ਗੱਲ ਸਾਰੇ ਦੇਸ਼ ਦੀ ਸਾਂਝੀ ਹੈ, ਤੇ ਕੋਈ ਵੀ ਮੰਗਾਂ ਜਿਵੇਂ ਨੇ ਉਹ ਸਾਰੇ ਜਿਹੜੀ ਕੋਮਨ ਮੰਗਾਂ ਹੈ ਜੀ, ਉਹਨਾਂ ਕੋਮਨ ਮੰਗਾਂ 'ਤੇ ਆਪਾਂ ਸਾਰੇ ਇਕੱਠੇ ਹੋ ਸਕਦੇ ਸੀ, ਹੋ ਸਕਦੇ ਹਾਂ। ਪਰ ਇਹ ਜਿਹੜਾ ਹੈ ਇਹ ਇਹਨਾਂ ਨੇ ਬੜੀ ਭਾਰੀ ਗਲਤੀ ਕਰਤੀ, ਜਿਹਦਾ ਜਿਹੜਾ ਨਤੀਜਾ ਹੈ ਉਹ ਠੀਕ ਸਾਹਮਣੇ ਨਹੀਂ ਹੈ। ਪਰ ਗਲਤੀਆਂ ਸੁਧਾਰੀਆਂ ਵੀ ਤਾਂ ਜਾ ਸਕਦੇ ਹਾਂ ਸ਼੍ਰੀਨ ਸਾਹਿਬ, ਸੁਧਾਰੀਆਂ ਵੀ ਜਾ ਸਕਦੇ, ਸੋਝ ਸੁਧਾਰ ਰਹੇ ਹਾਂ ਨਾ, ਉਸੇ ਗਲਤੀ ਨੂੰ ਸੁਧਾਰ ਰਹੇ ਹਾਂ ਵੀ ਚਲੋ ਉਹਨਾਂ ਨੇ ਨਹੀਂ ਬੁਲਾਇਆ ਤੇ ਕੋਈ ਗੱਲ ਨਹੀਂ, ਆਪਾਂ ਜਿੰਨੀ ਰੱਬ ਨੇ ਸਮਰੱਥਾ ਦਿੱਤੀ ਹੈ ਆਪਾਂ ਆਪਣੇ ਵੱਲੋਂ ਕਰੀਏ ਜੀ, ਤਾਂ ਹੀ ਕਰ ਰਹੇ ਹਾਂ ਨਾ। ਜਿਹੜਾ ਅੱਜ ਟੋਲ ਫਰੀ ਦਾ ਹੈ ਜਾਂ ਕੱਲ ਨੂੰ ਜਿਹੜਾ ਹੈ ਉਹ ਇੱਕ ਟਰੈਕਟਰ ਯਾਤਰਾ ਕੱਢਣ ਦਾ ਹੈ, ਉਸ ਤੋਂ ਬਾਅਦ ਅਗਲੀ ਪਲਾਨ ਕਰ ਰਹੇ ਹਾਂ, ਉਹ ਉਸੇ ਕਰਕੇ ਕਰ ਰਹੇ। ਪਰ ਤੁਹਾਡਾ ਸਮਰਥਨ ਜਿਹੜਾ ਉਹ ਸਮਝਿਆ ਜਾਵੇ ਕਿ ਪੂਰੀ ਤਰ੍ਹਾਂ ਸਮਰਥਨ ਹੈਗਾ ਉਸ ਧਰਨੇ ਦੇ ਉੱਤੇ ਡਟੇ ਕਿਸਾਨਾਂ ਦੇ ਨਾਲ? ਮੈਂ ਕਹਿ ਰਿਹਾ ਵਾਂ ਕਿ ਵੀ ਮੈਂ ਤੁਹਾਨੂੰ ਦੱਸ ਤੇ ਨਾ, ਦੋ ਪ੍ਰੋਗਰਾਮ ਅਸੀਂ ਕੀਤੇ, ਤੀਜਾ ਪ੍ਰੋਗਰਾਮ ਅਸੀਂ ਪੂਰੇ ਹਰਿਆਣਾ ਦੇ ਸਾਰੇ ਸੰਗਠਨ ਕਰਕੇ ਕਰਨਾ ਹੈ ਵੀ ਆਪਾਂ ਵੱਖਰੇ ਵੱਖਰੇ ਨਾ ਨਜ਼ਰ ਆਈਏ, ਉਹੀ ਇੱਕ ਸਟੈਪ ਹੈ ਨਾ। ਤਾਂ ਮਤਲਬ ਉਹੀ ਗੱਲ ਹੈ ਵੀ ਜਿਹੜੀ ਇੱਕ ਪਿਛਲੇ ਅੰਦੋਲਨ ਦੇ ਵਿੱਚ ਗੱਲ ਚੱਲੀ ਸੀ ਵੀ ਪੰਜਾਬ ਅਤੇ ਹਰਿਆਣਾ ਛੋਟਾ ਵੱਡਾ ਭਾਈ ਦੀ ਜਿਹੜੀ ਇੱਕ ਬਹੁਤ ਵੱਡਾ ਵਧੀਆ ਕੰਸ ਜਿਹੜਾ ਕਹਿ ਲਿਆ ਜਾਵੇ ਏਕਤਾ ਵਾਲੀ ਜਿਹੜੀ ਇੱਕ ਮੈਸੇਜ ਗਿਆ ਸੀ ਵੀ ਹਰਿਆਣਾ ਛੋਟਾ ਭਰਾ ਵੀ ਪੰਜਾਬ ਸਾਡਾ ਵੱਡਾ ਭਰਾ ਆ, ਤਾਂ ਲੋਕ ਚਾਹੁੰਦੇ ਸੀ ਕਿਤੇ ਨਾ ਕਿਤੇ ਜਿਹੜੇ ਲੋਕ ਦੇਖ ਰਹੇ ਹੋਣਗੇ ਮੈਨੂੰ ਲੱਗਦਾ ਵੱਡੇ ਪੱਧਰ 'ਤੇ ਵੀ ਹੁਣ ਵੀ ਉਸ ਤਰ੍ਹਾਂ ਦੀ ਕੋਈ ਜਿਹੜੀ ਆ ਤਸਵੀਰ ਸਾਹਮਣੇ ਆਵੇ। ਦੇਖੋ ਛੋਟੇ ਵੱਡੇ ਭਰਾ ਤੇ ਹੈ, ਇਹ ਗੱਲ ਮੈਂ ਹੀ ਕਹੀ ਸੀ, ਤੁਸੀਂ ਕਹੀ ਸੀ, ਮੈਂ ਉਸੇ ਗੱਲ ਕਰਕੇ ਤੁਹਾਡੇ ਨਾਲ ਹੀ ਇਹ ਗੱਲ ਕਰ ਰਿਹਾ, ਤੁਹਾਡੇ ਨਾਲ ਤਾਂ ਹੀ ਇਸੇ ਗੱਲ ਤੇ ਗੱਲ ਕਰ ਰਿਹਾ। ਕੀ ਕਿਹਾ ਸੀ ਮੈਂ ਇਹ ਕਿਹਾ ਸੀ ਕਿ ਪੰਜਾਬ ਸਾਡਾ ਵੱਡਾ ਭਰਾ ਹੈ ਜੀ, ਹਰਿਆਣੇ ਦੇ ਵਿੱਚ ਉਹਨਾਂ ਨੇ ਗੁਜ਼ਰਨਾ ਹੈ, ਪੰਜਾਬ ਨੂੰ ਖਰੌਂਚ ਨਹੀਂ ਆਉਣੀ ਚਾਹੀਦੀ ਜੀ, ਅਸੀਂ ਮਰਾਂਗੇ ਅੱਗੇ ਹੋ ਕੇ, ਅਸੀਂ ਡੰਡੇ ਖਾਵਾਂਗੇ, ਅਸੀਂ ਜੋ ਕੁਛ ਕਰਾਂਗੇ ਭੁਗਤਾਂਗੇ, ਪੰਜਾਬ ਵਾਲੇ ਸਾਡੇ ਵੱਡੇ ਭਰਾ ਨੇ, ਪੰਜਾਬ ਸਾਡੇ ਪਿੱਛੇ ਰਹੇ, ਅਸੀਂ ਅੱਗੇ ਹੋ ਕੇ ਆਵਾਂਗੇ, ਸੇਵਾ ਸਾਡੇ ਮਹਿਮਾਨ ਨੇ ਹਰਿਆਣੇ ਦੇ ਵਿੱਚ, ਜੇ ਇਹਨਾਂ ਨੂੰ ਕੋਈ ਖਰੌਂਚ ਚਾਹੀਦੇ ਅਸੀਂ ਉਹਨਾਂ ਨੂੰ ਅੱਗੇ ਲੈ ਕੇ ਗਏ ਵੀ ਜੀ, ਉਹ ਧਰਮ ਅਸੀਂ ਨਿਭਾਇਆ ਵੀ ਹਰਿਆਣੇ ਦੇ ਵਿੱਚ। ਉਹ ਦੇਖੋ ਜਿੰਨੇ ਹਰਿਆਣੇ ਵਾਲਿਆਂ ਨੇ ਸੇਵਾ ਕੀਤੀ ਹੈ ਤੇ ਮੈਂ ਤੇ ਇਹਨਾਂ ਦੀ ਸ਼ਾਬਾਸ਼ ਮੰਨਦਾ ਵਾਂ ਬਈ, ਕੋਈ ਕੋਈ ਆਪਾਂ ਆਪਣੇ 'ਚ ਕੋਈ ਫਰਕ ਨਹੀਂ ਸੀ, ਇੱਕੋ ਝੁੰਗੀ ਦੇ ਵਿੱਚ ਪੰਜਾਬ ਵਾਲੇ ਹਰਿਆਣੇ ਵਾਲੇ ਸਾਡੇ ਭਰਾ ਇਕੱਠੇ ਪਏ ਨੇ, ਬਜ਼ੁਰਗ ਇਕੱਠੇ ਪਏ ਨੇ, ਬੱਚੇ ਇਕੱਠੇ ਪਏ ਨੇ, ਬੜਾ ਭਾਈਚਾਰਾ ਵਧਿਆ, ਵਧਣਾ ਚਾਹੀਦਾ ਵੀ ਹੈ, ਹੁਣ ਵੀ ਅਸੀਂ ਭਰਾ ਵਾਂ, ਹੁਣ ਵੀ ਕੋਈ ਜਿਹੜੇ ਪੰਜਾਬ ਦੇ ਕਿਸਾਨ ਨੇ ਬਹੁਤ ਸਾਡਾ ਸਨਮਾਨ ਕਰਦੇ ਨੇ, ਅਸੀਂ ਵੀ ਉਹਨਾਂ ਦਾ ਸਨਮਾਨ ਕਰਦੇ ਹਾਂ, ਸਾਡੇ ਭਰਾ ਨੇ ਹੁਣ ਵੀ, ਹੁਣ ਵੀ ਜੇ ਹਰਿਆਣਾ ਸਰਕਾਰ ਕਰਦੀ ਹੈ ਤੇ ਉਹਨਾਂ ਦੀ ਨਿਖੇਧੀ ਕਰ ਰਹੇ, ਅਸੀਂ ਗਲਤ ਕਰ ਰਹੇ, ਬਿਲਕੁਲ ਗਲਤ ਕਰ ਰਹੀ ਹੈ। ਮੈਂ ਲਗਾਤਾਰ ਅਸੀਂ ਬਿਆਨ ਤੁਹਾਡੇ ਸੁਣ ਰਹੇ ਹਾਂ, ਤਾਂ ਜੇਕਰ ਉਦੋਂ ਦੂਜੇ ਪਾਸੇ ਤੋਂ ਡੱਲੇਵਾਲ ਸਾਹਿਬ ਹੁਣੀ ਵੀ ਸੁਣ ਰਹੇ ਹੋਣਗੇ ਇਹ ਇੰਟਰਵਿਊ ਨੂੰ ਜਦੋਂ ਚੱਲ ਰਿਹਾ, ਤਾਂ ਹੋਰ ਜਿਹੜੇ ਲੀਡਰ ਉੱਥੇ ਤੈਨਾਤ ਅਗਵਾਈ ਕਰ ਰਹੇ ਨੇ ਉਹ ਵੀ ਜਿਹੜੇ ਸੁਣ ਰਹੇ ਹੋਣਗੇ, ਤਾਂ ਕੀ ਜੇਕਰ ਉੱਧਰੋਂ ਸੱਦਾ ਆਉਂਦਾ ਤਾਂ ਤੁਸੀਂ ਪੰਜਾਬ ਵੱਲ ਨੂੰ ਵੀ ਜਾ ਸਕਦੇ ਹੋ? ਅਸੀਂ ਤਾਂ ਬਿਨਾਂ ਸੱਦੇ ਤੋਂ ਹੀ ਲੱਗ ਰਹੇ ਹਾਂ, ਅਸੀਂ ਤਾਂ ਆਪਣੇ ਸਰਬ ਨੂੰ ਲੱਗ ਰਹੇ ਹਾਂ,
ਅਸੀਂ ਤੇ ਕਿਸਾਨਾਂ ਵਾਸਤੇ ਲੱਗ ਰਹੇ ਹਾਂ ਕਿ ਦੇਖੋ ਕਿਸਾਨਾਂ ਤੇ ਜੇ ਕੋਈ ਜ਼ਿਆਦਤੀ ਹੁੰਦੀ ਹੈ ਤੇ ਉਹ ਸਾਡੇ ਮਤਲਬ ਇੱਕ ਤਰ੍ਹਾਂ ਦੇ ਬੱਚੇ ਵਾਂਗ ਹੀ ਹੁੰਦੇ ਨੇ, ਬਿਲਕੁਲ, ਤੇ ਅਸੀਂ ਤੇ ਉਹ ਸਮਝ ਕੇ ਲੱਗ ਰਹੇ ਹਾਂ। ਠੀਕ ਹੈ, ਅਸੀਂ ਤੇ ਫਿਰ ਵੀ ਫੈਸਲਾ ਇਹ ਲਿਆ ਹੈ ਕਿ ਵੀ ਠੀਕ ਹੈ ਉਹ ਬੁਲਾਉਣ ਨਾ ਬੁਲਾਉਣ ਉਹਨਾਂ ਦੀ ਮਰਜ਼ੀ ਹੈ, ਉਹਨਾਂ ਦਾ ਹੰਕਾਰ ਹੈ, ਆਪਣੇ ਹੰਕਾਰ 'ਚ ਰਹਿਣ ਤੇ ਰਹੀ ਜਾਣ, ਅਸੀਂ ਆਪਣਾ ਧਰਮ ਨਿਭਾਈਏ। ਪਰ ਜਦੋਂ ਚੜੂਨੀ ਸਾਹਿਬ, ਉਦੋਂ ਆਪਾਂ ਸਾਰੇ ਤੁਸੀਂ ਅਸੀਂ ਆਪਾਂ ਜਾਣਦੇ ਹਾਂ ਵੀ ਜਦੋਂ ਵਾਪਸ ਆਏ, ਜਦੋਂ ਐਸ ਕੇ ਐਮ ਨੇ ਫੈਸਲਾ ਲਿਆ ਕਿ ਅੰਦੋਲਨ ਵੀ ਸਾਡੀ ਜਿਹੜੀ ਤਿੰਨ ਕਾਨੂੰਨ ਵਾਲੀ ਜਿਹੜੀ ਮੰਗ ਆ ਉਹ ਪੂਰੀ ਹੋ ਗਈ ਹੈ, ਉਹ ਵਾਪਸ ਲੈ ਲਿਆ ਸੀ ਕਾਨੂੰਨ, ਸਾਰਾ ਕੁਛ ਪਾਸ ਵੀ ਹੋ ਗਿਆ, ਤਾਂ ਉਸ ਤੋਂ ਬਾਅਦ ਕਿਤੇ ਲੱਗਿਆ ਕਿ ਤੁਹਾਨੂੰ ਵੀ ਲੱਗਿਆ ਜਾਂ ਹੋਰ ਜਿਹੜੇ ਲੋਕ ਇੱਕ ਆਮ ਚਰਚਾ ਚੱਲਦੀ ਹੈ ਕਿ ਵੀ ਕਾਹਲੀ ਕਿਤੇ ਨਾ ਕਿਤੇ ਹੋਈ ਵੀ ਇਹ ਮੰਗਾਂ ਉਦੋਂ ਹੀ ਮਨਾ ਲਈਆਂ ਜਾਣੀਆਂ ਚਾਹੀਦੀਆਂ ਸੀ, ਦੋ ਤਿੰਨ ਸਾਲ ਹੁਣ ਹੋ ਗਏ ਨਹੀਂ ਹੋਈਆਂ ਤਾਂ ਦੁਬਾਰਾ ਸੰਘਰਸ਼ ਵਿੰਢਣਾ ਪਿਆ ਕੁਛ ਕੁ ਚਿਹੇ ਜਥੇਬੰਦੀਆਂ ਨੂੰ, ਹੁਣ ਤੁਹਾਨੂੰ ਵੀ ਜਿਹੜਾ ਉਹ ਨਾਲ ਕਿਸਾਨਾਂ ਕਰਕੇ ਨਾਲ ਲੱਗਣਾ ਪਊਗਾ ਵੀ ਉਦੋਂ ਵੀ ਇਸ ਦੇ ਉੱਤੇ ਬੇਚਾਰੇ ਭੋਲੇ ਨੇ, ਲੋਕਾਂ ਨੂੰ ਅੰਦਰ ਦੀ ਗੱਲ ਦਾ ਪਤਾ ਕੋਈ ਨਹੀਂ ਹੁੰਦਾ। ਕੀ ਹੈ ਅੰਦਰ ਦੀ ਗੱਲ? ਲੋਕ ਵਿਚਾਰੇ ਭੋਲੇ ਨੇ ਜੀ। ਜਦੋਂ ਆਪਾਂ ਦਿੱਲੀ ਦੀ ਮੀਟਿੰਗਾਂ ਦੇ ਵਿੱਚ ਜਾਂਦੇ ਸੀ ਜੀ, ਉਦੋਂ ਸਰਕਾਰ ਟਰਕਾਰੀ ਸੀ, ਮੀਟਿੰਗ ਤੋਂ ਬਾਅਦ ਮੀਟਿੰਗ, ਮੀਟਿੰਗ ਤੋਂ ਬਾਅਦ ਮੀਟਿੰਗ, ਉਦੋਂ ਲੰਬਾ ਟਾਈਮ ਕੱਢਦੇ ਕੱਢਦੇ ਮੈਂ ਇਹ ਕਿਹਾ ਸੀ ਕਿ ਵੀ ਸਰਕਾਰ ਜਿਹੜੀ ਹੈ ਨੀਤੀ ਹੈ ਇਹਦੀ ਇਹ ਆ ਗਈ ਕਿ ਵੀ ਬੈਠੇ ਬੈਠੇ ਇਹਨਾਂ ਨੂੰ ਬੈਠੇ ਹੀ ਰਹਿਣ ਦਿਓ ਤੇ ਇਹ ਥੱਕ ਜਾਣਗੇ, ਟੁੱਟ ਜਾਣਗੇ, ਆਪਾਂ ਸੰਸਦ ਘੇਰੀਏ ਜੀ, ਤੇ ਮੇਰੀ ਗੱਲ ਨੂੰ ਨਕਾਰਤਾ ਸੀ ਤੇ ਸਾਰਿਆਂ ਦੀ ਸਹਿਮਤੀ ਜਿਹੜੀ ਹੁੰਦੀ ਹੈ ਉਸੇ ਨਾਲ ਚੱਲਣਾ ਪੈਂਦਾ ਹੈ। ਬਿਲਕੁਲ, ਸਾਰੇ ਸਹਿਮਤੀ ਇਹ ਬਣੀ ਵੀ ਇੱਥੇ ਹੀ ਬੈਠੇ ਰਹੋ, ਜਦੋਂ ਬਹਿ ਗਏ ਥੱਕ ਗਏ ਤੇ ਲੋਕਾਂ ਦੀ ਸੰਖਿਆ ਘੱਟ ਹੋ ਗਈ ਤੇ ਇਹਨਾਂ ਨੇ ਮੇਰੇ ਤੋਂ ਲੁਕੋ ਕੇ ਚਿੱਠੀ ਲਿਖੀ ਸੀ, ਇੱਕ ਕਾਨੂੰਨ ਨੂੰ ਵਾਪਸ ਲੈ ਲਿਓ, ਇੱਕ ਨੂੰ ਸਟੇਟਾਂ ਨੂੰ ਦੇ ਦਿਓ, ਇੱਕ ਤੇ ਕਮੇਟੀ ਬਣਾ ਦਿਓ। ਐਸ ਕੇ ਐਮ ਨੇ ਲਿਖੀ ਸੀ ਜਾਂ ਜਿਹੜੇ ਪੰਜਾਬ ਦੇ ਲੀਡਰ ਸੀ ਉਹਨਾਂ ਨੇ? ਐਸ ਕੇ ਐਮ ਨੇ। ਠੀਕ ਹੈ, ਐਸ ਕੇ ਐਮ ਤੁਹਾਨੂੰ ਉਸ ਚੀਜ਼ ਤੋਂ ਨਹੀਂ ਜਾਣਦਾ? ਮੇਰੇ ਤੋਂ ਮੈਨੂੰ ਕਿਨਾਰੇ ਰੱਖਿਆ, 21 ਮੈਂਬਰ ਸੀ ਉਹਦੇ ਵਿੱਚ ਸ਼ਾਮਲ ਜੀ, ਸਾਰੀ ਐਸ ਕੇ ਐਮ ਸ਼ਾਮਲ ਨਹੀਂ ਸੀ, 21 ਮੈਂਬਰ ਸੀ, 21 ਮੈਂਬਰ ਸ਼ਾਮਲ ਸੀ, ਉਹਨਾਂ 21 ਮੈਂਬਰਾਂ ਨੇ ਚਿੱਠੀ ਲਿਖੀ ਸੀ ਤੇ ਮਤਲਬ ਮੇਰੇ ਕਹਿਣ ਦਾ ਇਹ ਹੈ ਕਿ ਇਹ ਹੌਸਲੇ ਟੁੱਟ ਗਏ ਸੀ, ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਹੌਸਲੇ ਟੁੱਟ ਗਏ ਸੀ ਵੀ ਉੱਠੀਏ ਕਿਵੇਂ, ਜੇ ਤਿੰਨ ਕਾਨੂੰਨ ਉਹਨਾਂ ਨੇ ਮੰਨ ਲਏ ਵਾਪਸ ਲੈਣੇ ਜੀ, ਉਸ ਟਾਈਮ ਨਾ ਉੱਠਦੇ ਤੇ ਫਿਰ ਬਾਕੀ ਉੱਠਣ ਦਾ ਮੂੰਹ ਕਿਹੜਾ ਰਹਿ ਗਿਆ ਸੀ, ਫਿਰ ਉੱਠਦੇ ਕਿਵੇਂ, ਸੰਖਿਆ ਤੇ ਘੱਟ ਗਈ ਸੀ ਤਿੰਨ, ਮਤਲਬ ਜੇ ਚਾਰ ਝੁੰਗੀਆਂ ਨੇ ਤਿੰਨ ਖਾਲੀ ਸੀ, ਚੌਥੀ ਚ ਬੰਦੇ ਸੀ, ਫਿਰ ਬਹਿ ਕੇ ਕੀ ਕਰਦੇ ਜੀ, ਫਿਰ ਕਿਵੇਂ ਉੱਠਦੇ? ਇਹ ਵੱਡਾ ਕਾਰਨ ਸੀਗਾ ਉਦੋਂ, ਹੁਣ ਤਾਂ ਉੱਠਣ ਦਾ ਇੱਕ ਮੌਕਾ ਮਿਲ ਗਿਆ ਸੀ ਵੀ ਹਾਂ ਤਿੰਨ ਮੰਗਾਂ ਤੇ ਮੰਨ ਲਈਆਂ, ਹਾਂਜੀ, ਤੇ ਚੌਥੀ ਇਹਨਾਂ ਨੇ ਮੰਨ, ਤੇ ਇਹਨਾਂ ਨੇ ਮੰਗੀ ਵੀ ਨਹੀਂ ਸੀ, ਚੌਥੀ ਜਿਹੜਾ ਹੈ ਇਹਨਾਂ ਨੇ ਮੰਗੀ ਵੀ ਨਹੀਂ ਸੀ ਐਮ ਐਸ ਪੀ ਦੀ ਜੀ, ਇਹਨਾਂ ਦਾ ਸੋਚਣਾ ਇਹ ਸੀ ਵੀ ਐਮ ਐਸ ਪੀ ਪੰਜਾਬ ਨੂੰ ਤੇ ਜਿੰਨਾ ਕਿੰਨਾ ਕੁਛ ਮਿਲ ਵੀ ਰਿਹਾ ਬਾਕੀ ਸਟੇਟਾਂ ਨੂੰ ਮਿਲ ਹੀ ਨਹੀਂ ਰਿਹਾ, ਉਹਨਾਂ ਨੇ ਕਿਉਂ ਅੰਦੋਲਨ ਨਹੀਂ ਕੀਤਾ, ਯੂਪੀ ਦੇ ਵਿੱਚ ਕਿਉਂ ਕਿਉਂ ਰੋਡ ਬੰਦ ਨਹੀਂ ਹੋਏ, ਯੂਪੀ ਦੇ ਵਿੱਚ ਕਿਉਂ ਟੋਲ ਬੰਦ ਨਹੀਂ ਹੋਏ? ਠੀਕ ਹੈ, ਇਹ ਬੋਲਦੇ ਨਹੀਂ ਸੀ ਪਰ ਅੰਦਰ ਇਹਨਾਂ ਦੇ ਇਹ ਘੁੰਮਦਾ ਸੀ ਤੇ ਇਸ ਕਰਕੇ ਜਿਹੜਾ ਹੈ ਜੇ ਤਿੰਨ ਮੰਗਾਂ ਜਿਹੜੀਆਂ ਜਦੋਂ ਮੰਨੀਆਂ ਗਈਆਂ ਤਿੰਨ ਕਾਨੂੰਨ ਵਾਪਸ ਲਏ ਗਏ ਉਦੋਂ ਬਾਅਦ ਉੱਥੇ ਬਹਿੰਦੇ ਜੇ ਫਿਰ ਉਦੋਂ ਬਾਅਦ ਉੱਠਣ ਦਾ ਮੌਕਾ ਜਿਹੜਾ ਹੈ ਉਹ ਮਤਲਬ ਇਹਨਾਂ ਨੂੰ ਨਹੀਂ ਸੀ ਮਿਲਣਾ, ਇਹ ਫਲਾ ਕੇ ਦਿੱਤੀ ਗਈ ਗੱਲ, ਕੁਛ ਸਵਾਰਥੀ ਲੋਕਾਂ ਨੇ ਇਹ ਗੱਲ ਫਲਾ ਦਿੱਤੀ ਕਿ ਜੇ ਬੈਠੇ ਰਹਿੰਦੇ ਤੇ ਐਮ ਐਸ ਪੀ ਵੀ ਮਿਲ ਜਾਣਾ ਸੀ, ਐਮ ਐਸ ਪੀ ਦੇ ਭਰਾ ਮੰਗਿਆ ਹੀ ਨਹੀਂ ਸੀ ਵੀ ਐਮ ਐਸ ਪੀ ਹੁਣ ਕਰ ਰਹੇ ਨੇ, ਤੁਹਾਨੂੰ ਕੀ ਲੱਗ ਰਿਹਾ?
ਹੁਣ ਤੁਹਾਡੇ ਸਾਹਮਣੇ ਹੀ ਜੋ ਹੋ ਗਿਆ ਵੀ ਇਹ ਨਵੀਂ ਮੰਗ ਆ? ਨਹੀਂ, ਨਵੀਂ ਮੰਗ ਨਹੀਂ ਹੈ, ਮੰਗ ਤਾਂ ਉਸੇ ਟਾਈਮ ਦੀ ਹੈ, ਮੰਗ ਤਾਂ ਉਸੇ ਟਾਈਮ ਦੀ ਹੈ, ਪਰ ਇਸ ਮੰਗ ਨੂੰ ਪਿੱਛੇ ਰੱਖਿਆ ਗਿਆ। ਪਿੱਛੇ ਰੱਖਿਆ ਗਿਆ ਵੀ ਹੁਣ ਜਿਹੜੀ ਮੂਹਰੀ ਮੰਗ ਆ ਉਹ ਪਿੱਛੇ ਸੀ ਉਦੋਂ, ਉਦੋਂ ਪਿੱਛੇ ਸੀ। ਹੁਣ ਤਾਂ ਚਲੋ ਤਿੰਨ ਕਾਨੂੰਨਾਂ ਦੇ ਬਾਅਦ ਤੇ ਮਤਲਬ ਇਹੀ ਬਾਕੀ ਬਚਦੀ ਸੀ, ਇਹੀ ਮੇਨ ਬਣਦੀ ਹੈ, ਇਹ ਤੇ ਮੇਨ ਹੈ ਹੀ ਸੀ। ਜੇ ਉਸ ਟਾਈਮ ਵੀ ਮਤਲਬ ਤਿੰਨ ਕਾਨੂੰਨ ਜਿਹੜੇ ਬਣਾਏ ਗਏ ਸੀ ਉਹ ਵੀ ਇਸ ਵਾਸਤੇ ਬਣਾਏ ਗਏ ਸੀ ਐਮ ਐਸ ਪੀ ਨਾ ਦੇਣਾ ਪਵੇ, ਪਰ ਉਹ ਫਿਰ ਡਿਸਪਿਊਟਡ ਗੱਲਾਂ ਉਹ ਫਿਰ ਸਾਰੀ ਤੇ ਜਿਹੜਾ ਨਹੀਂ ਬੰਦਾ ਕਰਦਾ ਚੰਗਾ। ਮੇਰਾ ਇਹ ਲਗਭਗ ਆਖਰੀ ਹੀ ਸਵਾਲ ਹੋਊਗਾ ਕਿ ਜੇਕਰ ਹੁਣ ਦੁਬਾਰਾ ਇਕੱਠੇ ਹੋਣਾ ਹੋਵੇ ਤਾਂ ਤੁਹਾਨੂੰ ਕੀ ਲੱਗਦਾ ਕਿ ਕਿਹੜੀ ਇੱਕ ਇਹੋ ਜਿਹੀ ਗੱਲ ਹੈਗੀ ਕਿ ਅਸੀਂ ਇਕੱਠੇ ਹੋ ਸਕਦੇ ਹਾਂ, ਕੋਈ ਸਾਰੀ ਗੱਲਾਂ ਬਾਤਾਂ ਜਿਹੜੀਆਂ ਨੇ ਕੋਈ ਉਹਨਾਂ ਨੂੰ ਪਿੱਛੇ ਸੱਟ ਕੇ? ਦੇਖੋ ਗੱਲ ਪਤਾ ਕੀ ਹੁੰਦੀ ਹੈ, ਹੁਣ ਜੇ ਨਵੇਂ ਸਿਰੇ ਤੋਂ ਸਾਰਿਆਂ ਨੂੰ ਇਕੱਠੇ ਕਰਕੇ ਤੇ ਕੋਈ ਕਰਾਂਗੇ ਤੇ ਹੋ ਸਕਦਾ, ਕਿਉਂਕਿ ਨੇਤ੍ਰਿਤਵ ਕਰਨ ਵਾਲੀ ਵੀ ਕਮੇਟੀ ਚਾਹੀਦੀ ਹੈ ਜੀ, ਇੱਕ ਕਮੇਟੀ ਚਾਹੀਦੀ ਹੈ। ਮਤਲਬ ਹੁੰਦਾ ਕੀ ਹੈ ਕਿ ਹੁਣ ਫਰਜ਼ ਕਰੋ ਇਹਨਾਂ ਨੇ ਸ਼ੁਰੂ ਕਰਤਾ, ਠੀਕ ਹੈ, ਤੇ ਦੂਜੇ ਜੋ ਨਾਲ ਲੱਗਦੇ ਨੇ ਉਹ ਹੈਲਪ ਤੇ ਕਰ ਸਕਦੇ ਨੇ, ਹੈਲਪ ਤੇ ਕਰ ਸਕਦੇ ਨੇ ਜੀ, ਪਰ ਜੇ ਅਗਵਾਨੀ ਨਹੀਂ ਕਰ ਸਕਦੇ, ਜੇ ਅਗਵਾਨੀ ਕਰਨਗੇ ਤੇ ਕੋਈ ਗਲਤੀ ਹੋ ਜੇ ਫਿਰ ਇਹ ਹੋਏਗਾ ਯਾਰ ਇਹਨਾਂ ਨੇ ਸਾਡਾ ਕੰਮ ਖਰਾਬ ਕਰਤਾ, ਇਹ ਚੀਜ਼ ਹੁੰਦੀ ਹੈ। ਹੈਲਪ ਕਰ ਸਕਦੇ ਨੇ, ਹੈਲਪ ਕਰ ਰਹੇ ਨੇ, ਹੈਲਪ ਤੇ ਉਹ ਪੰਜਾਬ ਵਾਲੇ ਵੀ ਨਹੀਂ, ਕੱਲ ਐਸ ਕੇ ਐਮ ਨੇ ਵੀ ਕੱਲ ਹੈਲਪ ਕੀਤੀ ਹੈ, ਅਸੀਂ ਵੀ ਹੈਲਪ ਕਰ ਰਹੇ ਹਾਂ, ਠੀਕ ਹੈ, ਹੈਲਪ ਤੇ ਕੀਤੀ ਜਾ ਸਕਦੀ ਹੈ, ਪਰ ਜਿਹੜਾ ਇਕੱਠੇ ਹੋਣਾ ਚਾਹੀਦਾ ਸੀ ਇਕੱਠੇ ਹੋ ਕੇ ਜਿਵੇਂ ਪਿਛਲੇ ਵਾਰ ਹੋਇਆ ਸੀ ਵੀ ਸਾਰੇ ਇਕੱਠੇ ਕਰ ਲਿਓ, ਸਾਰੇ ਇਕੱਠੇ ਕਰਕੇ ਇੱਕ ਕਮੇਟੀ ਬਣਾ ਦਿਓ, ਉਹ ਕਮੇਟੀ ਬਣਾ ਦਿੱਤੀ ਸੀ ਛੋਟੀ ਕਮੇਟੀ, ਜਿਹੜੀ ਪਹਿਲਾਂ 5 ਮੈਂਬਰ ਹੀ ਬਣੀ ਸੀ, ਫਿਰ 7 ਮੈਂਬਰ ਹੋ ਗਏ ਸੀ, ਫਿਰ ਉਹਦੇ 'ਚ ਹੋਰ ਸੰਗਠਨ ਆ ਗਏ ਅਤੇ 9 ਮੈਂਬਰ ਹੋ ਗਏ ਸੀ, ਇਸ ਤਰ੍ਹਾਂ ਕਰਕੇ ਕਮੇਟੀ ਬਣ ਗਈ ਸੀ। ਉਸ ਕਮੇਟੀ ਦੇ ਜੋ ਜਿਹੜਾ ਫੈਸਲਾ ਕਰਦੀ ਸੀ ਉਸ ਕਰਕੇ ਉਹ ਅੰਦੋਲਨ ਜਿਹੜਾ ਹੈ ਉਹ ਚੱਲੀ ਗਿਆ। ਠੀਕ ਤਾਂ ਠੀਕ ਹੈ ਜੀ, ਸ਼ੁਕਰੀਆ, ਤੁਸੀਂ ਸਮਾਂ ਦਿੱਤਾ, ਗੱਲਬਾਤ ਕੀਤੀ ਜੀ, ਧੰਨਵਾਦ। ਤਾਂ ਇਹ ਸਨ ਹਰਿਆਣਾ ਦੇ ਵੱਡੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ, ਜਿਨ੍ਹਾਂ ਦੇ ਵੱਲੋਂ ਖੁੱਲ੍ਹ ਕੇ ਜਿਹੜੀ ਹੈ ਜੋ ਸਰਹੱਦ ਦੇ ਉੱਤੇ ਹੋ ਰਿਹਾ ਉਸ ਦੇ ਉੱਤੇ ਵੀ ਗੱਲਬਾਤ ਕੀਤੀ ਗਈ ਹੈ, ਅਤੇ ਜੋ ਕੁਝ ਵਖਰੇਵੇਂ ਦਿਖਾਈ ਦੇ ਰਹੇ ਨੇ ਉਹਨਾਂ ਦੇ ਕਾਰਨਾਂ ਦੇ ਉੱਤੇ ਵੀ ਗੱਲਬਾਤ ਕੀਤੀ ਗਈ ਹੈ। ਤਾਂ ਹੋਰ ਵੀ ਖਬਰਾਂ ਅਤੇ ਅਪਡੇਟਸ ਦੇਖਣ ਦੇ ਲਈ ਜੁੜੇ ਰਹੋ ਦਨ ਮਿਊਟ ਦੇ ਨਾਲ।